ਲੋਹੀ ਦੀ ਬੁੱਕਲ ਮਾਰ ਕੇ ਕੰਨ ਤੇ ਫੋਨ ਲਗਾ ਕੇ ਐਕਟਿੰਗ ਕਰਦਾ ਇਹ ਸ਼ਖਸ ਚੋਰ ਹੈ। ਇਸ ਦੇ ਵੱਲੋਂ ਅਜਿਹਾ ਕਾਰਨਾਮਾ ਕੀਤਾ ਗਿਆ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋਵੋਗੇ, ਸੋਚਣ ਦੇ ਲਈ ਮਜਬੂਰ ਹੋਵੋਗੇ। ਦਰਅਸਲ ਇਸ ਸ਼ਖਸ ਦੇ ਵੱਲੋਂ ਮੌਕਾ ਦੇਖ ਕੇ ਇੱਥੋਂ ਬਾਈਕ ਚੋਰੀ ਕੀਤਾ ਗਿਆ। ਇਸਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਇਹ ਤਸਵੀਰਾਂ ਅੰਮ੍ਰਿਤਸਰ ਦੇ ਕਟਰਾ ਸ਼ੇਰ ਸਿੰਘ ਇਲਾਕੇ ਦੀਆਂ ਨੇ, ਜਿੱਥੇ ਗਲੀ ਦੇ ਵਿੱਚ ਪਲਾਟੀਨਾ ਮੋਟਰਸਾਈਕਲ ਖੜਾ, ਇੱਕ ਈ ਰਿਕਸ਼ਾ ਖੜਾ। ਤਾਂ ਇਹ ਚੋਰ ਆ ਜਿਹੜਾ ਕੰਨ ਤੇ ਫੋਨ ਲਗਾ ਕੇ ਕਿਸੇ ਨਾਲ ਗੱਲ ਕਰਨ ਦੀ ਐਕਟਿੰਗ ਕਰਦਾ, ਔਰ ਮੌਕਾ ਦੇਖ ਕੇ ਜਦੋਂ ਸਾਰੇ ਇੱਧਰ ਉੱਧਰ ਹੋ ਜਾਂਦੇ ਨੇ ਤਾਂ ਇਹ ਚੋਰ ਇੱਥੇ ਖੜਾ ਪਲਾਟੀਨਾ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ, ਔਰ ਇਸਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਸ਼ਹਿਰ ਦੇ ਹੋਲਸੇਲ ਮਾਰਕੀਟ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ। ਈ ਰਿਕਸ਼ੇ ਦੇ ਕੋਲ ਇਹ ਬਾਈਕ ਖੜਾ, ਜਿਸ ਨੂੰ ਬੜੇ ਹੀ ਸੌਖੇ ਢੰਗ ਦੇ ਨਾਲ ਇਹ ਚੋਰ ਲੈ ਕੇ ਫਰਾਰ ਹੋ ਗਿਆ। ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਇਹਨਾਂ ਚੋਰਾਂ ਦੇ ਹੌਸਲੇ ਕਿੰਨੇ ਬੁਲੰਦ ਨੇ। ਉਹ ਇਲਾਕਾ, ਉਹ ਗਲੀ ਜਿੱਥੇ ਆਮ ਆਵਾਜਾਈ ਰਹਿੰਦੀ ਹੈ, ਲੋਕ ਨੇ ਜਿਹੜੇ ਉਹ ਚਹਿਲ ਪਹਿਲ ਕਰਦੇ ਰਹਿੰਦੇ ਨੇ, ਉਸ ਜਗ੍ਹਾ ਤੇ ਇਹ ਚੋਰ ਦੇ ਵੱਲੋਂ ਪਲਾਟੀਨਾ ਮੋਟਰਸਾਈਕਲ ਚੋਰੀ ਕੀਤਾ ਗਿਆ। ਆਓ ਇੱਕ ਵਾਰ ਇਸ ਚੋਰ ਦੀਆਂ ਹਰਕਤਾਂ ਦੇਖੋ, ਦੇਖੋ ਕਿਸ ਤਰੀਕੇ ਦੇ ਨਾਲ ਇਸ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਲੋਹੀ ਦੀ ਬੁੱਕਲ ਮਾਰ ਕੇ ਕੰਨ ਤੇ ਫੋਨ ਲਗਾ ਕੇ ਐਕਟਿੰਗ ਕਰਦਾ ਇਹ ਸ਼ਖਸ ਚੋਰ ਹੈ। ਇਸ ਦੇ ਵੱਲੋਂ ਅਜਿਹਾ ਕਾਰਨਾਮਾ ਕੀਤਾ ਗਿਆ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋਵੋਗੇ, ਸੋਚਣ ਦੇ ਲਈ ਮਜਬੂਰ ਹੋਵੋਗੇ। ਦਰਅਸਲ ਇਸ ਸ਼ਖਸ ਦੇ ਵੱਲੋਂ ਮੌਕਾ ਦੇਖ ਕੇ ਇੱਥੋਂ ਬਾਈਕ ਚੋਰੀ ਕੀਤਾ ਗਿਆ। ਇਸਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਇਹ ਤਸਵੀਰਾਂ ਅੰਮ੍ਰਿਤਸਰ ਦੇ ਕਟਰਾ ਸ਼ੇਰ ਸਿੰਘ ਇਲਾਕੇ ਦੀਆਂ ਨੇ, ਜਿੱਥੇ ਗਲੀ ਦੇ ਵਿੱਚ ਪਲਾਟੀਨਾ ਮੋਟਰਸਾਈਕਲ ਖੜਾ, ਇੱਕ ਈ ਰਿਕਸ਼ਾ ਖੜਾ। ਤਾਂ ਇਹ ਚੋਰ ਆ ਜਿਹੜਾ ਕੰਨ ਤੇ ਫੋਨ ਲਗਾ ਕੇ ਕਿਸੇ ਨਾਲ ਗੱਲ ਕਰਨ ਦੀ ਐਕਟਿੰਗ ਕਰਦਾ, ਔਰ ਮੌਕਾ ਦੇਖ ਕੇ ਜਦੋਂ ਸਾਰੇ ਇੱਧਰ ਉੱਧਰ ਹੋ ਜਾਂਦੇ ਨੇ ਤਾਂ ਇਹ ਚੋਰ ਇੱਥੇ ਖੜਾ ਪਲਾਟੀਨਾ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ, ਔਰ ਇਸਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਸ਼ਹਿਰ ਦੇ ਹੋਲਸੇਲ ਮਾਰਕੀਟ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ। ਈ ਰਿਕਸ਼ੇ ਦੇ ਕੋਲ ਇਹ ਬਾਈਕ ਖੜਾ, ਜਿਸ ਨੂੰ ਬੜੇ ਹੀ ਸੌਖੇ ਢੰਗ ਦੇ ਨਾਲ ਇਹ ਚੋਰ ਲੈ ਕੇ ਫਰਾਰ ਹੋ ਗਿਆ। ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਇਹਨਾਂ ਚੋਰਾਂ ਦੇ ਹੌਸਲੇ ਕਿੰਨੇ ਬੁਲੰਦ ਨੇ। ਉਹ ਇਲਾਕਾ, ਉਹ ਗਲੀ ਜਿੱਥੇ ਆਮ ਆਵਾਜਾਈ ਰਹਿੰਦੀ ਹੈ, ਲੋਕ ਨੇ ਜਿਹੜੇ ਉਹ ਚਹਿਲ ਪਹਿਲ ਕਰਦੇ ਰਹਿੰਦੇ ਨੇ, ਉਸ ਜਗ੍ਹਾ ਤੇ ਇਹ ਚੋਰ ਦੇ ਵੱਲੋਂ ਪਲਾਟੀਨਾ ਮੋਟਰਸਾਈਕਲ ਚੋਰੀ ਕੀਤਾ ਗਿਆ। ਆਓ ਇੱਕ ਵਾਰ ਇਸ ਚੋਰ ਦੀਆਂ ਹਰਕਤਾਂ ਦੇਖੋ, ਦੇਖੋ ਕਿਸ ਤਰੀਕੇ ਦੇ ਨਾਲ ਇਸ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਲੋਹੀ ਦੀ ਬੁੱਕਲ ਮਾਰ ਕੇ ਕੰਨ ਤੇ ਫੋਨ ਲਗਾ ਕੇ ਐਕਟਿੰਗ ਕਰਦਾ ਇਹ ਸ਼ਖਸ ਚੋਰ ਹੈ। ਇਸ ਦੇ ਵੱਲੋਂ ਅਜਿਹਾ ਕਾਰਨਾਮਾ ਕੀਤਾ ਗਿਆ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋਵੋਗੇ, ਸੋਚਣ ਦੇ ਲਈ ਮਜਬੂਰ ਹੋਵੋਗੇ। ਦਰਅਸਲ ਇਸ ਸ਼ਖਸ ਦੇ ਵੱਲੋਂ ਮੌਕਾ ਦੇਖ ਕੇ ਇੱਥੋਂ ਬਾਈਕ ਚੋਰੀ ਕੀਤਾ ਗਿਆ। ਇਸਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਇਹ ਤਸਵੀਰਾਂ ਅੰਮ੍ਰਿਤਸਰ ਦੇ ਕਟਰਾ ਸ਼ੇਰ ਸਿੰਘ ਇਲਾਕੇ ਦੀਆਂ ਨੇ, ਜਿੱਥੇ ਗਲੀ ਦੇ ਵਿੱਚ ਪਲਾਟੀਨਾ ਮੋਟਰਸਾਈਕਲ ਖੜਾ, ਇੱਕ ਈ ਰਿਕਸ਼ਾ ਖੜਾ। ਤਾਂ ਇਹ ਚੋਰ ਆ ਜਿਹੜਾ ਕੰਨ ਤੇ ਫੋਨ ਲਗਾ ਕੇ ਕਿਸੇ ਨਾਲ ਗੱਲ ਕਰਨ ਦੀ ਐਕਟਿੰਗ ਕਰਦਾ, ਔਰ ਮੌਕਾ ਦੇਖ ਕੇ ਜਦੋਂ ਸਾਰੇ ਇੱਧਰ ਉੱਧਰ ਹੋ ਜਾਂਦੇ ਨੇ ਤਾਂ ਇਹ ਚੋਰ ਇੱਥੇ ਖੜਾ ਪਲਾਟੀਨਾ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ, ਔਰ ਇਸਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਸ਼ਹਿਰ ਦੇ ਹੋਲਸੇਲ ਮਾਰਕੀਟ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ। ਈ ਰਿਕਸ਼ੇ ਦੇ ਕੋਲ ਇਹ ਬਾਈਕ ਖੜਾ, ਜਿਸ ਨੂੰ ਬੜੇ ਹੀ ਸੌਖੇ ਢੰਗ ਦੇ ਨਾਲ ਇਹ ਚੋਰ ਲੈ ਕੇ ਫਰਾਰ ਹੋ ਗਿਆ। ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਇਹਨਾਂ ਚੋਰਾਂ ਦੇ ਹੌਸਲੇ ਕਿੰਨੇ ਬੁਲੰਦ ਨੇ। ਉਹ ਇਲਾਕਾ, ਉਹ ਗਲੀ ਜਿੱਥੇ ਆਮ ਆਵਾਜਾਈ ਰਹਿੰਦੀ ਹੈ, ਲੋਕ ਨੇ ਜਿਹੜੇ ਉਹ ਚਹਿਲ ਪਹਿਲ ਕਰਦੇ ਰਹਿੰਦੇ ਨੇ,
ਉਸ ਜਗ੍ਹਾ ਤੇ ਇਹ ਚੋਰ ਦੇ ਵੱਲੋਂ ਪਲਾਟੀਨਾ ਮੋਟਰਸਾਈਕਲ ਚੋਰੀ ਕੀਤਾ ਗਿਆ। ਆਓ ਇੱਕ ਵਾਰ ਇਸ ਚੋਰ ਦੀਆਂ ਹਰਕਤਾਂ ਦੇਖੋ, ਦੇਖੋ ਕਿਸ ਤਰੀਕੇ ਦੇ ਨਾਲ ਇਸ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।